अमना हाँ जी ले आ जा कॉफी करा हाँ जी दे अब की करना है तो काम तो था बस रोटी दे दें की मांग ब्रिंदर आए ना आया नहीं ओ ब्रिंदर अब भैया आ गया आया नहीं पीला कॉफी बात उसी पीनी हो ना मैं तो चाय पी हूँ अच्छा आ लो ओ गल सुन एदे विच मिठा दा गाल लैगा घोरा कॉफी च मिठा कौन पाउंदा हुंदा ओए हद होई पई है कॉफी मिठे नाल ही स्वाद लगदी है कौड़ी मैनू की स्वाद लगूगी है वादू मिठा का क्यों ब्रिंदर ना ठीक है बोल फिर जदों नु स्वाद लगी ने तोडे के हक चढ़दी है भला ओए ओदा उही कही जांदा डरदा मारा ए च पा लिया पूरा मिठा मैनू दस कड़ा सुकर हुंदी है उही टाइम वेस्ट करिए ने पी के परे जाओ कल तो पा देगा कोई पी लो पी लो पूरा की पी का ऊपर कती जी बीबी तई नु की पता ता पी के देखी है ओदे तरह आना पी जांदा ਉਹੀ ਤਾਂ ਕਹੀ ਨਹੀਂ ਗਈ ਜੰਨੀ ਇੱਕ ਤਾਂ ਦਰਮੀ ਚਾ ਕੋਈ ਨਹੀਂ ਐ ਵੇ ਲੇਟ ਹੋ ਜਾਓਗੇ ਪੱਕ ਜਾਓ ਲੇਟ ਹੋ ਜਾਊਗਾ ਸਰਪੀਆ ਮਾਂ ਨੂੰ ਜਾ ਲੈ ਦੇ ਨਾਲੇ ਲਿਆ ਲਿਆ ਦੀਦੀ ਆਹੋ ਮਾਂ ਵੀ ਦੇਖ ਲੂਗੀ ਕਿੰਨਾ ਕੁ ਮਿੱਠਾ ਪਾਇਆ ਉਹਨੇ ਪਤਾ ਹੀ ਮਾਂ ਨੂੰ ਤਾਂ ਹੁਣ ਤੁਹਾਨੂੰ ਪਤਾ ਫਿਰ ਐਵੇਂ ਬੁੱਢੇ ਉਮਰੇ ਸ਼ੂਗਰ ਜਾਊਗਾ ਉਹ ਗੱਲਾਂ ਦੇ ਕਰਦੇ ਤਾਂ ਘੱਟ ਪਾਉਣੇ ਆ ਚਾਹ ਤਾਂ ਆ ਲੈ ਵੀ ਮਾਂ ਚਾਹ ਵੀ ਕਿਸੇ ਨੂੰ ਦਿੰਦੀ ਵਾਧੂ ਐ ਜਦਾਂ ਨਾਲੇ ਕਾਫੀ ਚ ਘੱਟ ਹੀ ਪੈਣਾ ਹੁੰਦਾ ਮਿੱਠਾ इतना चाह ना पत्ती ना दूध चाचरी बना के दे दे कितनी चिट्टी चाह पी ला माता चुप करके मेरी गल सुन जे खान पीन बंदा ना ना जचदा करे फिर फायदा की कमाया करना मैं तो आप ही करके पीऊंगी घुट फिर पी ला भी करी जाने होगी तीन आने भी चाह नहीं तीन का सुन पता मैं ਉਪਰੋਕਤੀ ਕਰਕੇ ਸੱਜੇ ਨਹੀਂ ਉਹ ਮਾਂ ਕੰਜੂਸੀਆਂ ਜਿਹੜੀਆਂ ਚ ਕਰਨੀਆਂ ਹੁੰਦੀਆਂ ਗੱਲਾਂ ਚ ਉਹਨਾਂ ਨਹੀਂ ਕਰੇ ਬੰਦਾ ਇਹਨਾਂ ਖਾਣ ਪੀਣ ਦੇ ਕੰਮ ਚ ਵੀ ਕੋਈ ਕੰਜੂਸੀ ਕਰਦਾ ਹੁੰਦਾ ਹੱਦ ਹੋਈ ਪਈ ਹੈ ਸਾਰਾ ਦਿਨ ਧੱਕੇ ਜਾਂ ਖਾਂਦੇ ਫਿਰਦੇ ਆ ਕੰਮ ਕਰਦੇ ਨੇ ਚੰਗਾ ਮਾਂ ਜਾਣਾ ਮਾਂ ਦਾ ਚੰਗਾ ਆ ਜਾ ਬੰਦੇ ਚਲ ਗਿਆ ਬਾਬਾ ਕੰਮ ਦਾ ਮਾਰੇ ਕਿਦਾ ਬੰਦਾ ਖਾਣ ਪੀਣ ਦਾ ਮਾਰੇ ਢਿੱਡ ਦੇ ਵਾਸਤੇ ਮੈਨੂੰ ਤਾਂ ਦੇਖ ਮਾਤਾ ਕੀ ਆ ਮੈਨੂੰ ਕੀ ਆ ਦਾਈ ਜਾ ਹੋਰ ਲੋ ਇਹ ਜੋ ਹੁਣ ਵਾਲੀ ਕੀ ਕਰ ਲੈ ਖਾਣਾ ਪੀਣਾ ਤਾਂ ਹੈਗੀ ਹੈ ਤਾਂ ਹੀ ਤਾਂ ਮਾਤਾ ਦੇਖੋ ਕੁਛ ਬਣਿਆ ਨਹੀਂ ਜੀ ਇੰਨੀ ਹੁਣ ਨਾ ਆਉਂਦੀ ਸੀ ਹੋਰ ਬਣਿਆ ਨਹੀਂ ਤੂੰ ਤਾਂ ਦੇਖੋ ਜਿੱਦ ਸੋਣੇ ਦੀਆਂ ਕੰਦਾ ਕੱਢਤੀ ਮੈਂ ਤਾਂ ਕੱਢ ਹੀ ਲਉਂਗੀ ਆ ਮੇਰੇ ਇੱਥੇ ਪੈ ਗਈ ਕੋਠੀ ਹੋਰ ਪੈ ਗਈ ਮੈਂ ਬੈਠੀ ਸੀ ਦੋ ਕਮਰੇ ਵਿੱਚ ਜੇ ਕੋਈ ਉਸੀ ਕਰਦੀ ਹੈ ਤਾਂ ਹੀ ਆ ਲੋਕ ਤਾਂ ਕਹਿੰਦੇ ਸਾਡੇ ਘਰੇ ਵਧੀਆ ਵਾਲੀ ਘਰ ਸਾਂਭਣਾ ਨਹੀਂ ਆਉਣ ਮੈਂ ਤਾਂ ਕੀ ਹੈ ਮੈਂ ਤਾਂ ਆਪ ਚੜਦਾ ਨਹੀਂ ਛੱਡਦਾ ਪਾੜਿਆ ਕੰਮ ਨਹੀਂ ਆਉਂਦਾ ਮੈਂ ਫਿਰ ਤੈਨੂੰ ਕੋਣ ਹਟਾਉਂਦਾ ਪਰ ਸਾਡੇ ਖਾਣ ਪੀਣ 'ਚ ਨਾ ਬਣਿਆ ਕਰਿਆ ਕਰ ਚਾਹ 'ਚ ਨਹੀਂ ਮਿੱਠਾ ਪਾਉਣਾ ਕੋਈ ਕਿਸੇ ਨੇ ਕੁਛ ਕਹਿਤਾ ਤਾਂ ਮੱਲੋ ਮੱਲੋ ਉਹ ਪਾਣੀ ਤਾਂ ਨਹੀਂ ਜਾ ਕਰ ਕਰਕੇ ਆਈ ਜਾਂਦੀ ਹੈ ਆਪ ਹੀ ਕਰ ਲਿਆ ਕਰਾਂਗੇ ਇੱਥੇ ਤਾਂ ਦੀਦੀ ਮੈਂ ਭਾਂਡੇ ਮਾਂਜਣ ਵਾਲੇ ਕੱਪੜੇ ਕਰ ਦੋ ਲੋ ਪਾਣੀ ਸਾਬਣ ਪਈ ਹੈ ਹੱਥ 15 ਦਿਨ ਚੱਲੂ ਲਿਆਦੇ ਸਾਬਣ ਮਾਂਜਦੇ ਭਾਂਡੇ ਇਹ ਤਾਂ ਥੋੜੀ ਹੀ ਆ ਦੀਦੀ ਹੱਦ ਕਰ ਦਿਓ ਤੂੰ ਤਾਂ ਸਮਝ ਲੈ ਆਪਣਾ ਘਰ ਬਣਦਾ ਬੁੜੀ ਨੇ ਤਾਂ ਆਪਣੀਆਂ ਹੀ ਉਹ ਕਰੀ ਗਈ ਹੈ ਤੈਨੂੰ ਪਤਾ ਤੂੰ ਕਾਵਲੀ ਹੈ ਇਹ ਘਰ ਵੱਜੂਗਾ ਆ ਮਸਾਂ ਕਿ ਤੈਨੂੰ ਨਹੀਂ ਪਤਾ ਜਿੱਦੇ ਨਹੀਂ ਆਏਂਗੇ ਉਹਦੇ ਨਹੀਂ ਆ ਇੰਨਾ ਕੁਛ ਬਣਿਆ ਕੁਛ ਨਹੀਂ ਸੀ ਚਲ ਠੀਕ ਤੈਨੂੰ ਚੰਗੀ ਰਾਏ ਦੇਉਂਗੀ ਮਾੜੀ ਨਹੀਂ ਦਿੰਦੀ ਥੋੜੀ ਥੋੜੀ ਲਾ ਕੇ ਬਸ ਥੋੜੀ ਥੋੜੀ ਜਮੀ ਥੋੜੀ ਥੋੜੀ ਲਾਇਆ ਕਰ ਸਾਬਣ ਵਾਰੀ ਵਾਰੀ ਨਾ ਬਸ ਇੱਕ ਵਾਰੀ ਲਾ ਕੇ ਨਾ ਬਸ ਸਾਰੇ ਪਾਣੀ ਮਾਣ ਦੇ ਦੇ ਨਾਲ ਠੀਕ ਹੈ ਦੀਦੀ ਹਾਂ ਵਾਰੀ ਵਾਰੀ ਨਾ ਐਂਡ ਹੋਇਆ ਕਰ ਐਨੀ ਸਾਬਣ ਲਾ ਕੇ ਦੱਸ ਫਿਰ ਘਰੋਂ ਨਿਕਲਣਾ ਹੱਦ ਹੋ ਗਈ ਐਂ ਨਹੀਂ ਤਾਂ ਤੂੰ ਬਾਂਦੇ ਮਗਰ ਲੱਗੀ ਰਿਹਾ ਕਰ ਉਹ ਤਾਂ ਵੀ ਮਾਰੀ ਜਾਂਦੀ ਉਹ ਨਹੀਂ ਘਰ ਬਣਨ ਵਾਲੀ ਸੀ ਉਹ ਤਾਂ ਐਂ ਖੁੱਲ ਲੋ ਦੌਂਦੀ ਰਹੀ ਹੈ ਜੀ ਸਰਬੀ ਹਾਂਜੀ ਬੀਬੀ ਮਾਈ ਕਹਿੰਦੀ ਸੀ ਸਬਜ਼ੀ ਚੱਕ ਲਿਆਉਂਦੀ ਕੋਈ ਕੱਟ ਕੁੱਟ ਲੈਂਦੇ ਚੱਕ ਲਿਆਉਣੀ ਬੀਬੀ ਸਬਜ਼ੀ ਤਾਂ ਮਾਤਾ ਪਈ ਆ ਵਾਦੂ ਕਿੰਨੀ ਤਾਂ ਪਈ ਆ ਸਰਬੀ ਸਬਜ਼ੀ ਉਹ ਤਾਂ ਥੋੜੀ ਹੀ ਆ ਦੀਦੀ ਕੋਈ ਨਹੀਂ ਬਥੇਰਾ ਸਰਜੂਗਾ ਉਹਦੇ ਨਾਲ ਇੱਕ ਗੰਡਾ ਕੱਟ ਲਿਆ ਤੇ ਵਿੱਚ ਪੂਰਾ ਪਾਣੀ ਪਾ ਦੇ ਬਥੇਰਾ ਸਰਜੂਗਾ ਚਲ ਹੁਣ ਪੂਰੀ ਕੀ ਮੱਕੀ ਦੇ ਪਾਣੀ ਹੋਵੇਗੀ ਪਾਣੀ ਵਿੱਚ ਮਾਂ ਗੰਡੇ ਦਾ ਤੜਕਾ ਲਾ ਕੇ ਨੂਣ ਮਿਰਚ ਉਹਦੇ ਵਿੱਚ ਹੋਰ ਮਾੜਾ ਜਿਹਾ ਪਾ ਕੇ ਬਥੇਰਾ ਸਰਜੂਗਾ ਕੋਈ ਐ ਦੋ ਦੋ ਟਾਈਮ ਸਬਜ਼ੀਆਂ ਬਣਾ ਕੇ ਤੈਨੂੰ ਪਤਾ ਕੋਈ ਕੁੜੇ ਪਾਣੀ ਤੂੰ ਤਾਂ ਭੁੱਖੇ ਤੇ ਹੈ ਮਾਰੇਂਗੀ ਤੂੰ ਤਾਂ ਕਾਦੀ ਕਿਧਰੇ ਨਹੀਂ ਮਾਤਾ ਤੂੰ ਭੁੱਖੀ ਮਰਦੀ ਕੋਈ ਨਹੀਂ ਤੈਨੂੰ ਆ ਗਾੜੀ ਗਾੜੀ ਕੱਟ ਦਿੰਨੀ ਆ ਮਟਰ ਪਨੀਰ ਆਹੋ ਪਨੀਰ ਪਨੀਰ ਕੱਟ ਦੂੰ ਤੈਨੂੰ ਕੱਢ ਦੇਨੀ ਆ ਗਾੜੀ ਗਾੜੀ ਮਗਰ ਉਹਨਾਂ ਨੂੰ ਵੀ ਰਹੀ ਜਵਾਖਾਂ ਨੂੰ ਤੜਕੇ ਦੇ ਗਏ ਨੇ ਉਹ ਆ ਕੇ ਰੋਟੀ ਖਾਣਗੇ ਕੋਈ ਨਹੀਂ ਮਾਤਾ ਆ ਕਿਉਂ ਟੈਨਸ਼ਨ ਹੋ ਗਈ ਹੁੰਦੀ ਆ ਖਾਣ ਕੇ ਆ ਦੇ ਟੈਨਸ਼ਨ ਹੋਣੀ ਆ
ਪੇਕਿਆਂ ਦੇ ਘਰ ਕੁਛ ਦੇਖਿਆ ਕਿ ਨਹੀਂ ਸਰ ਵੀ ਹਾਂ ਜੀ ਦੀਦੀ ਹੋ ਗਿਆ ਰਸੋਈ ਦਾ ਕੰਮ ਹਾਂ ਜੀ ਹੋ ਗਿਆ ਰਸੋਈ ਦਾ ਕੰਮ ਉਰੇ ਆ ਫਿਰ ਹਾਂ ਜੀ ਦੀਦੀ ਮੇਰੀ ਗੱਲ ਸੁਣੋ ਆ ਸ਼ੀਸ਼ੇ ਨੇ ਤੁਮਾਰ ਦੇ ਕੱਪੜਾ ਮਿੰਟ ਮਾਰ ਦਿਆ ਫਿਰ ਪੋਚੇ ਲਾ ਦਾਂਗੇ ਮੈਂ ਚਾਹ ਦੂੰਗਾ ਲਾ हाय नी पेड़े तू तो हद कर दी है आ महीने च चकती सारी बोतल ना तो हो गया लाई नु मैं भी यही कहनी है तू तो एक महीने च चकती एक साल चलता है चौंदी दे अगे तो थोड़ा ला ले कर थोड़ा ला ले करेगी बस आई करते साफ रोज लासी नु नाम की होया हद पट्टी पई है थोड़ी तेरे मुंह फस दे भेण हाय ना फालतू खर्चा कर दियो इना फालतू खर्चा पोचे लाए पे ने सब्जी तत्ती ना कर दंदी ले बातू कर मैगी मैं भी कास कुकी जाओ ओ बर्तन की सब्जी पई है हाथ हुई पे तेरी भी खा लो रोटी उठे ना कर मनी पानी हट पड़ता सब्जी के में जाए के में कर रखी सब्जी किसे ने नहीं दी तू सीधा भाई ना खरे करते होंगे सारे टब्बर ने चाचे ना रोटी खा ली बढ़िया तो है ही है ओ जब तक के ना मुंह तो नहीं जाएगी अगले दे खानी है हम की करू अगला और पता नहीं तू तो मैं समझो बाहर भी पे ओ ना नूना ना मिर्चा तो की कर नंघदी नहीं गल ची फस गई मेरे तक ठंडी सब्जी है ना नूना ना मिर्चा च ਫਿਰ ਉਹ ਨੂਨ ਮਿਰਚ ਪਾ ਲੈ ਚ ਉਸੇ ਦੀ ਬਾਰੇ ਮੈਂ ਤਲਾ ਦਾ ਪਾਣੀ ਹਨਾ ਕੋਈ ਸਬਜ਼ੀ ਬਣਾਈ ਮਿਲਦਾ ਤੇ ਫਿਰ ਪਈ ਸੀਗੀ ਮਾੜਾ ਜਿਹਾ ਮੈਂ ਗੰਡੇ ਤੇ ਤੜਕਾ ਲਾ ਕੇ ਪਾਣੀ ਪਾਤਾ ਉਹਦੇ ਵਿੱਚ ਦੱਸ ਉੱਤੇ ਇਹਦਾ ਨਾ ਹੱਦ ਹੋਈ ਪਈ ਹੈ ਤੂੰ ਤਾਂ ਮੈਨੂੰ ਲੱਗਾ ਮਾਰੇਗੀ ਸਾਰੇ ਟੱਬਰ ਨੂੰ ਭੁੱਖੇ ਕਿਧਰੇ ਨਹੀਂ ਮਰਦੇ ਭੁੱਖੇ 7 ਸਾਲਾਂ ਤੱਕ ਮਰੇ ਨਹੀਂ ਹੁਣ ਤੁਸੀਂ ਭੁੱਖੇ ਮਰ ਜਾਓਗੇ ਉਹ ਤੇਰੀ ਕੰਜੂਸੀ ਨੇ ਸੁਕਾ ਦਾ ਦਿੱਤੇ ਹੁਣ ਹੋਰ ਕੀ ਕਰੇਂਗੇ ਕਿਧਰੇ ਨਹੀਂ ਸੁੱਕੇ ਬਚਾਰੇ ਹੱਟੇ ਕੱਟੇ ਪਏ ਖਾਲੀ ਬੀਬੀ ਪਾਣੀ ਢਾਣੀ ਬਣਾਈ ਬੈਠੀ ਐ ਸਮਝ ਨਹੀਂ ਆਉਂਦੀ ਕੀ ਕਰੀ ਬੈਠੀ ਐ ਵੇ ਭਾਈ ਇੰਨੀ ਤਾਂ ਸਬਜ਼ੀ ਸੀ ਵਿੱਚ ਪਾਣੀ ਪਾ ਲਿਆ ਜੀ ਪੱਕੀ ਦੇ ਉਹ ਪਾਣੀ ਬਣੂਗਾ ਓਏ ਕੀ ਕਰਦੇ ਸੱਚੀ ਆਪਾਂ ਦਾ ਰਾਜ ਵਾਲੇ ਔਖੇ ਕਰ ਖਿਆ ਉਹ ਗੱਲ ਹੀ ਨਹੀਂ ਮੰਨਦੀ ਮੈਂ ਇਹਨੂੰ ਕਹਿੰਦੀ ਉੱਥੇ ਥੋੜਾ ਜਿਹਾ ਘੱਟਾ ਪਾ ਲਿਆ ਫੇ ਉਹੀ ਸਬਜ਼ੀ ਐ ਮਹਾ ਠੰਡੀ ਸਬਜ਼ੀ ਪਈ ਐ ਤੱਤੀ ਤਾਂ ਕਰ ਲੈਂਦੀ ਭੋਰਾ ਹੁਣ ਕੀ ਕਰੇ ਬੰਦਾ ਉਹਦਾ ਨਾ ਕਿਹਾ ਉੱਥੇ ਕੰਮ ਤੋਂ ਆਇਆ ਮੈਂ ਆ ਕੇ ਰੋਟੀ ਖਾਣ ਦਾ ਸਵਾਦ ਵੀ ਨਹੀਂ ਆਉਂਦਾ ਭੋਰਾ ਹੱਦ ਹੋਈ ਪਈ ਐ ਬੀਬੀ ਦੀ ਦਾ ਇੰਨਾ ਵੀ ਨਹੀਂ ਕਰਦਾ ਰਾਰਾ ਸੱਡੀ ਹੁੰਦੀ ਐ ਕੰਜੂਸੀ ਚੱਕ ਲੈ ਬੀਬੀ ਭਾਂਡੇ ਹੋਰ ਅਕੇ ਬੰਦਾ ਘਰ ਦਾ ਮਾੜਾ ਹੋਵੇ ਨੀਤ ਦਾ ਮਾੜਾ ਸਹੀ ਗੱਲ ਮਾੜੀ ਐ ਨੀਤ ਦੀ ਹੋਰ ਤਾਂ ਸਹੀ ਚੱਲ ਚੰਗਾ ਬੀਬੀ ਮੈਂ ਤਾਂ ਜਾਣਾ ਆਪ ਚੰਗਾ ਹਾਂ ਚਲ ਪਰੇ ਤਾਂ ਨਹੀਂ ਦੇਣਾ ਫੇਰ ਆਪਾਂ ਕਿ ਨਹੀਂ ਲੈ ਮਾਂ ਮੈਂ ਵੀ ਨਾ ਨਾ ਕੇ ਜਾਣਾ ਖੇਤ ਚੰਗਾ ਪੁੱਤ ਵਾਟ ਗਿਆ ਕੀ ਕੰਮ ਧੰਦਾ ਕਰੋਗੇ ਅੱਜ ਉਹ ਅੱਜ ਖਾਲ ਨੂੰ ਘੜਦੇ ਕੱਲ ਨੂੰ ਬਾਰੀ ਐ ਅਮਣਾ ਹਾਂਜੀ ਲਿਆ ਮੈਨੂੰ ਕੱਪੜੇ ਦੇ ਦੇ ਕਰਾਵਾਂ ਜਾਵਾਂ ਖੇਤ ਨਾ ਕੇ ਆਹੀ ਬਾਜ ਕਰਦਾ ਪਾਇਆ ਸੀ
ਉਹ ਫਿਰ ਕੱਲ ਪਾਏ ਸੀ ਮੈਡੇ ਹੋਏ ਪਏ ਨੇ ਹੁਣ ਬੁਰੇ ਲੱਗਦੇ ਨੇ ਕੁਛ ਨਹੀਂ ਹੁੰਦਾ ਖੇਤੀ ਜਾਣਾ ਰਿਬੜੂੰਗੀ ਉੱਥੇ ਹੀ ਪਾ ਜਾਓ ਕਿਉਂ ਕਮਲੇ ਵਾਲੀਆਂ ਗੱਲਾਂ ਕਰਦੀ ਹੁੰਦੀ ਹੈ ਦਿਨੋ ਦਿਨ ਤੇਰਾ ਦਿਮਾਗ ਹੀ ਖਰਾਬ ਹੁੰਦਾ ਜਾਂਦਾ ਅੱਗੇ ਦਿਮਾਗ ਖਰਾਬ ਨੇ ਜੀ ਦੇਖ ਰੋਜ਼ ਰੋਜ਼ ਕੱਪੜੇ ਧੋਣੇ ਸੌਖੇ ਨੇਗੇ ਕਿਹੜਾ ਮਸ਼ੀਨ ਲਾਵੇ ਇੰਨੀ ਨੇ ਬਿਜਲੀ ਵੱਜਦੀ ਹੈ ਨਾਲੇ ਸਰਫ ਦੀ ਬਚਤ ਕਿਉਂ ਐਵੇਂ ਬਸ ਕੋਈ ਨਹੀਂ ਬਾਗੂ ਖੇਤੀ ਜਾਣਾ ਉਹ ਇੰਨੀਆਂ ਕਿਰਸਾਂ ਨਾ ਕਰਿਆ ਕਰ ਇੰਨਾ ਕਿਰਸਾਂ ਨਾਲ ਆਏ ਘਰ ਨਹੀਂ ਚੱਲਦੇ ਜਿਵੇਂ ਤੂੰ ਗਰੀ ਜੰਨੀ ਦੇਣੀ ਹੈ ਚਾ ਕੋਈ ਨਹੀਂ ਹੁਣ ਰੋਜ਼ ਰੋਜ਼ ਸਾਰੇ ਜਾਣੇ ਰੋਜ਼ ਰੋਜ਼ ਕੱਪੜੇ ਬਦਲਦੇ ਆ ਬਣ ਤੁਸੀਂ ਆਪ ਦੱਸੋ ਜ਼ਰੂਰੀ ਹੈ ਫਾਲਤੂ ਦਾ ਖਰਚਾ ਮੈਂ 4 ਦਿਨਾਂ ਤੋਂ ਸੂਟ ਲਾ ਰਿਹਾ ਅੱਜ ਉਹ ਮੁਸ਼ਕ ਮਾਰ ਲੱਗ ਜਾਂਦੀ ਹੈ ਬੰਦੇ ਜੋ 4 ਦਿਨਾਂ ਬਾਅਦ ਸੂਟ ਲਾ ਹੈ ਕਈ ਤਾਂ ਹੱਦੋਂ ਹੀ ਪਈ ਹੈ ਕਿਧਰੇ ਦੀ ਮੁਸ਼ਕ ਮਾਰਦੀ ਨਾ ਤੇਰਾ ਜੀ ਤੇ ਤਾਂ ਗੁਣੀ ਜੀ ਤੁਰੀ ਫਿਰਦੀ ਰਹਿੰਦੀ ਹੈ ਸਾਰਾ ਦਿਨ ਛੱਤੋਂ ਨਹੀਂ ਤੁਰਿਆ ਜਾਂਦਾ ਕੋਈ ਨਹੀਂ ਮਾਤਾ ਤੇਰੇ ਚ ਤਾਂ ਖੁਸ਼ਬੂਆਂ ਆਉਂਦੀਆਂ ਨੇ ਮੇਰੇ ਚ ਤਾਂ ਮੁਸ਼ਕ ਮਾਰਦੀ ਹੈ ਸਾਰਾ ਟੱਬਰ ਪਾਈ ਜਾਂਦੇ ਆ ਮਗਰ ਗੱਲਾਂ ਦੇ ਹੱਦ ਹੋਈ ਪਈ ਕੱਪੜੇ ਵੀ ਸਾਰਾ ਦਿਨ ਕੰਦੂਰ ਸੀ ਧੋਣਦੀ ਕੋਈ ਮਾੜਾ ਮੋਟਾ ਹੋ ਕਰ ਲਿਆ ਕਰ ਸੋ ਵੀ ਦੇਖੂ ਤੈਨੂੰ ਘਰ ਬੰਦੀ ਪਤਾ ਨਹੀਂ ਉਹ ਜਵਾਕ ਨੇ ਲਿਬੜੇ ਤੇ ਬੜੇ ਕੱਪੜੇ ਲੈ ਕੇ ਆ ਗਿਆ ਖੇਤ ਚ ਪਰ ਕੱਪੜੇ ਨਹੀਂ ਉਹਨੂੰ ਦਿੱਤੀ ਐਡੀ ਮਾੜੀ ਆ ਕੁਨੰਤ ਉਹ ਬੇਬੇ ਕੀ ਬੁੜਬੁੜ ਜੀ ਕਰੀ ਜਾਂਦੀ ਤੂੰ ਬੇ ਭਾਈ ਕੀ ਬੁੜਬੁੜ ਕਰਨਾ ਸੀ ਆਓ ਦੇਖ ਲੈ ਜਿਹੜੀ ਅਸੀਂ ਜੇ ਪੱਲੇ ਪਾਈ ਦੇ ਪਤਾ ਨਹੀਂ ਪੇਕੇ ਕੁਛ ਹੈਗਾ ਸੀ ਪਤਾ ਨਹੀਂ ਹੈ ਹੀ ਨਹੀਂ ਸੀ ਸਾਰਾ ਦਿਨ ਚੱਲ ਚੰਗਾ ਇਹਦਾ ਸਾਰਾ ਦਿਨ ਆਈ ਹੁੰਦਾ ਚੱਲ ਮੈਂ ਮੂਵੀ ਦੇਖਣ ਆਂਦਾ ਜੀ ਬੇਬੇ ਮਰਿੰਦਰ ਮੂਵੀ ਦੇਖਣ ਨੂੰ ਕੀ ਹੋਇਆ ਕਮਰਾ ਹੋਇਆ ਤੂੰ ਘਰੇ ਉਹ ਚੁੱਪ ਚੁੱਪ ਜੀ ਚ ਪੜਾ ਲਿਆ ਘਰੇ ਦੇਖ ਲੋ ਬਸ ਦੇਖਿਆ ਉਹਦੇ ਜਵਾਖਾਂ ਤੈਨੂੰ ਕੀ ਜ਼ਰੂਰੀ ਹੈ ਮਾਤਾ ਤੂੰ ਖਰਚੇ ਕਰਦੇ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਮਾਤਾ ਤੂੰ ਸਿਰ ਤੇ ਚੜਾਈ ਜਾਂਦੀ ਹੈ ਫਾਲਤੂ ਖਰਚੇ ਨਹੀਂ ਲੈ ਕੀ ਕਰ ਲੈ ਮੈਂ ਚੱਲ ਆ ਜਾ ਕੰਮ ਕਰਦੇ ਆ ਕੰਮ ਨਹੀਂ ਹੋਈ ਨਹੀਂ ਜਾਣਾ ਚਾਹ ਜੀ ਫਿਰ ਦੀਦੀ ਕਹਿੰਦੀ ਹੈ ਤਰੋ ਪੈ ਜਾਂਦੇ ਆ ਉਹ ਨਹੀਂ ਨਹੀਂ ਭਾਬੀ ਤਾਂ ਇਹ ਗੱਲ ਚ ਵੀ ਜੂਸ ਬਣਾ ਕਰਦੀ ਹੈਗੀ ਮੈਂ ਕਮਾਉਣਾ ਮੈਂ ਲਾਉਣਾ ਚੱਲ ਆ ਜਾ ਕੋਈ ਨਹੀਂ ਚੱਲ ਜਾ ਉੱਠ ਜਾ ਕੁਛ ਤਾਂ ਉਹ ਨਹੀਂ ਘਰੇ ਬਾਗ ਚ ਉਹ ਘਰੇ ਰਹਿ ਕੋ ਹੱਸ ਕਿਹੜੇ ਹੋ ਤੁਸੀਂ ਤਾਂ ਇਹ ਤਾਂ ਜਿਹੀ ਜੀ ਹੈਗੀ ਹੈ ਹੈਗੀ ਹੈ ਹੈ ਨਹੀਂ ਮਾਂ ਨਹੀਂ ਤੂੰ ਤਾਂ ਮੈਂ ਤਾਂ ਟਾਇਕ ਲਿਆ ਹੁਣ ਕਿੰਨੇ ਕਰੀ ਹੁੰਦੀ ਉਹ ਟਿਕਟ ਟੁੱਟ ਜੀ ਲਾਇਆ ਵੀ 1000 ਰੁਪਏ ਫਿਰ ਕੀ ਹੁੰਦਾ ਉਹ 1000 ਹੀ ਬਣਦਾ ਵਾ ਕਿ ਕੁੜੀ ਅਗਲਾ ਕਮਾਉਂਦਾ ਹੈ ਡਿਊਟੀ ਕਰਦਾ ਫਿਰ ਕਮਾਉਂਦਾ ਖਾਂਦਾ ਨਹੀਂ ਕਿਉਂ ਤੂੰ ਐਵੇਂ ਇੰਨੇ ਖੁੱਲੇ ਖਰਚੇ ਕਰਾਈ ਜਾਂਦੀ ਹੈ ਨਾ ਭਾਈ ਮੈਂ ਇੱਥੋਂ ਤਾਂ ਕੰਮ ਹੁੰਦਾ ਹੁਣ ਹੋ 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 ਬੱਕੀ ਚੱਕਰ ਕਰਦੀ ਕਰਦੀ ਕੰਮ ਨਹੀਂ ਹੁੰਦਾ ਇਹ ਤਾਂ ਮਹਾਰਾਣੀ ਤੂੰ ਉਹ ਸਾਰੇ ਟੱਬਰ ਨੂੰ ਗਲ ਗੁੱਠਾ ਦੇ ਦੇ ਰੱਖਿਆ ਹੋਰ ਕੋਈ ਕੰਮ ਨਹੀਂ ਇਹਦੇ ਕੋਲ ਇੱਥੋਂ ਕੋਈ ਜੂਸੀ ਇੱਥੋਂ ਕੋਈ ਵੀ ਇਹ ਭਲੀਏ ਮਾਨਸੇ ਜੇ ਉਹ ਪਰਮਾਤਮਾ ਬੰਨੇ ਨਾ ਘਰ ਫੇਰ ਵੱਜਦਾ ਹੁੰਦਾ ਇੰਨੀਆਂ ਕੰਜੂਸੀਆਂ ਨਾਲ ਨਹੀਂ ਵੱਜਦਾ ਹੁੰਦਾ ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਤੇ ਰਾਜੀ ਹੁੰਦਾ ਪਤਾ ਨਹੀਂ ਕਿੱਧਰੋਂ ਕਿੱਧਰ ਕਿਵੇਂ ਕਰ ਦਿੰਦਾ ਹੁੰਦਾ ਸਾਰਾ ਦਿਨ ਲੱਗੀ ਰਹਿੰਦੀ ਹੈ ਬਦਮਾਖ ਜੀ ਮੰਮੀ ਮੰਮੀ ਮੈਗੀ ਬਣਾ ਦਿਓ ਲੈ ਮੈਗੀ ਪਾਸੋਂ ਤਾਂ ਖਾਧੀ ਹੈ ਪੁੱਤ ਮੈਗੀ ਰੋਜ਼ ਨਹੀਂ ਖਾਂਦੇ ਹੁੰਦੇ ਮੰਮੀ ਫੇਰ ਕੇ ਮੈਗੀ 10 ਰੁਪਏ ਦੀ ਤਾਂ ਆਉਂਦੀ ਹੈ ਲੈ 10 ਰੁਪਈਆਂ ਦੀ ਆਉਂਦੀ ਤੇ ਨਸਾ ਹੋ ਗਿਆ 10 ਨਾਲ ਇੰਨਾ ਖਰਚਾ ਨਹੀਂ ਪੁੱਤ ਕਰਦੇ ਹੁੰਦੇ ਕੀ ਹੋ ਗਿਆ ਕੁਛ ਨਹੀਂ ਜੀ ਇਹ ਤਾਂ ਕਹਿੰਦੀ ਸੀ ਮੇਰੇ ਭੁੱਖ ਲੱਗੀ ਪਈ ਹੈ ਹੋਰ ਤੇ ਬਣਾ ਕੇ ਦੇ ਦੇ ਕੁਛ ਹਾਂ ਮੈਂ ਬਣਾਉਣੀ ਆ ਤੇ ਮੈਂ ਮੈਨੂੰ ਡਰਾਇੰਗ ਬੁੱਕ ਤੇ ਕਲਰਸ ਚਾਹੀਦੇ ਨੇਗੇ ਕਿੱਥੋਂ ਮਿਲਣਗੇ ਪੁੱਤੋ ਬਾਜ਼ਾਰੋਂ ਬਾਜ਼ਾਰੋਂ ਮਿਲਣਗੇ ਤੂੰ ਆਪ ਹੀ ਲੈ ਜਾਈਂ ਜਾਂਦੀ ਹੋਈ ਸਕੂਲ ਵੈਨ ਰੁਕਦੀ ਨੀਗੀ ਫਿਰ ਸਕੂਲ ਚੋਂ ਲੈ ਜਾਈਂ ਪੁੱਤ ਨੂੰ ਸਕੂਲ ਚੋਂ ਮਿਲ ਜਾਂਦੇ ਤੇ ਹਾਂਜੀ ਬਾਅਦ ਨੂੰ ਪੈਸੇ ਦੇ ਦੇਣਾ ਤੂੰ ਸਕੂਲ ਚੋਂ ਲੈ ਜਾਈਂ ਠੀਕ ਹੈ ਹਾਂਜੀ ਕਿੰਨੇ ਨੇ ਆਉਣਗੇ 200 ਦੇ ਆ ਜਾਣਗੇ 200 ਦੇ ਆ ਜਾਣਗੇ ਆ ਲੈ ਚੈੱਕ 200 ਰੁਪਏ ਠੀਕ ਹੈ ਉਰੇ ਫੜਾ 200 ਮੈਨੂੰ ਉੱਥੇ ਇੱਕ ਸਸਤੇ ਮਿਲਦੇ ਆ ਕਿ ਵਧੀਆ ਉਹਨਾਂ ਦੇ ਦਵਾ ਲਿਆਉਂਗੀ ਮੈਂ 100 ਰੁਪਏ ਚ ਆ ਜਾਣਗੇ ਪੁੱਤ ਉਹ ਲੈ ਲਊਗੀ ਜਵਾਕੜੀ ਫੜਾ ਦੇ ਰੁਪਏ ਉਵੇਂ ਹੀ ਖੋ ਦੇ ਫੇਰ ਉਹਨੂੰ ਕੋਈ ਨਹੀਂ ਮੈਂ ਦਵਾ ਲਿਆਉਂਗੀ ਚੱਲ ਚੰਗਾ ਮੈਂ ਤਾਂ ਜਾਣਾ ਫੇਰ ਚੰਗਾ ਜੀ ਐ ਨਹੀਂ ਪੁੱਤ ਖਰਚੇ ਕਰਦੇ ਹੁੰਦੇ ਕੋਈ ਗੱਲ ਨਹੀਂ ਮਾਪੀ ਲਿਆ ਤੂੰ ਤੈਨੂੰ ਕੀ ਕੀ ਚੀਜ਼ਾਂ ਨੇਗੀਆਂ ਇੱਕ ਤਾਂ ਡਰਾਇੰਗ ਬੁੱਕ ਤੇ ਕਲਰ ਠੀਕ ਆ ਕੋਈ ਨਹੀਂ ਇਹ ਤਾਂ ਮੈਂ ਤੈਨੂੰ 50 ਰੁਪਏ ਚ ਦੇ ਦੂੰਗੀ ਮੰਮੀ ਤੁਸੀਂ ਹੋਰ ਕੰਮਾਂ ਚ ਕੰਜੂਸੀ ਕਰਦੇ ਹੋ ਤੇ ਮੇਰੀ ਪੜ੍ਹਾਈ ਚ ਵੀ ਕਰਦੇ ਹੋ ਚੁੱਪ ਕਰ ਜਾ ਤੈਨੂੰ ਕੀ ਪਤਾ ਕੰਜੂਸੀ ਕੰਜੂਸੀ ਸਾਰੇ ਟੱਬਰ ਦੇ ਮੰਗਰ ਲੱਗ ਕੇ ਆਪੇ ਕੰਜੂਸੀ ਕੰਜੂਸੀ ਕਹਿਣ ਲੱਗ ਗਈ ਚੱਲ ਆ ਜਾਂਦਾ ਵੰਡੇ ਬਥੇਰਾ ਸਾਚੀ ਲਿਆ ਦੂੰਗੀ ਮਾਪੀ ਤੈਨੂੰ ਕਲਰ ਠੀਕ ਹੈ ਹੱਟ ਹੋਈ ਪਈ ਤੇਰੀ ਖੜਾ ਬੜਾ ਹੋ ਗਿਆ ਬੇ ਆ ਗਏ ਤੂੰ ਤੱਕ ਕੇ ਦੇ ਗਏ ਨੇ ਹਾਂਜੀ ਆ ਗਏ ਸਰ ਵੀ ਹਾਂਜੀ ਦੀਦੀ ਆ ਗਏ ਤੇ ਮੈਂ ਤਾਂ ਆਪ ਰੋਟੀ ਰੋਟੀ ਪਕਾ ਕੇ ਸਬਜ਼ੀ ਬਣਾ ਕੇ ਵੇਲੀ ਹੋ ਕੇ ਬਹਿ ਗਈ ਸੀਗੀ ਅਸ ਤੇ ਦੀਦੀ ਬਾਹਰ ਹੀ ਖਾਇਆ ਹੈ
ਭੈਣ ਮੈਂ ਮਰ ਜਾ ਜੀ ਬਾਹਰ ਚ ਲੱਟੂ ਡਾਤਾ ਨਹੀਂ ਮੇਰੇ ਤੋਂ ਬਾਹਰ ਕਿੰਨਾ ਬਿੱਲ ਬਣਿਆ ਹੂ ਉਹ ਕੁਛ ਨਹੀਂ ਬਾਬੀ 2000 ਰੁਪਏ ਲੱਗੇ ਹੈ ਮੈਂ ਮਰ ਜਾ 2000 ਰੁਪਏ 2 ਮਹੀਨੇ ਦਾ ਰਾਸ਼ਨ ਹੁੰਦਾ ਨਹੀਂ ਕਿਉਂ ਕਰਤੀ ਜਾਂਦੀ ਹੈ ਸਾਰਾ ਦਿਨ ਜੇ ਆਪ ਨਹੀਂ ਖਾਂਦੀ ਨਾ ਤਾਂ ਖਾਣ ਦੇਣ ਦੇ ਦੇ ਹੈ ਮਾਂ ਐ ਮਰ ਜਾ ਨਹੀਂ ਕਰਤੀ ਕਰਤੀ ਮਾਂ ਮੈਂ ਤਾਂ ਗੱਲ ਤੋਂ ਲੱਡੂ ਉੱਤਰਦੇ ਨਹੀਂ ਥੱਲੇ ਬੱਟ ਮਾਂ ਨੇ ਪਾਣੀ ਲਿਆ ਦੇ बस दे घर जिन्ना खर्च करा गे उदू परमात्मा अपन वो देगा मान दी मां तो खर्चा खर्चा जा खाया दस भी तो 2000 रुपया रोटी से मां हाथ नहीं चल फिर क्यों कि लाया 1000 रुपया 40-50 हज़ार कौन दे जो हज़ार लाया उन्हें देखना भैन मां तेरा तो दरबारा वा मैं ताए लगी हाए बस किन्ने दिन सोचूंगी 2000 का अपने 2 महीने राशन नहीं सी नहीं फिर सोच सोच हो जा तू कमली है ना ਹੋਰ ਮੇਰੇ ਤਾਂ ਲੱਡੂ ਦਾ ਸਵਾਦ ਨਹੀਂ ਪੈਂਦਾ ਸੌਣ ਲੱਗੇ ਮੈਂ ਤਾਂ ਚਾਹ ਨਾਲ ਲੱਡੂ ਖਾਈ ਜਾਂਦੀ ਸੀ ਉਹ ਵੀ ਲੱਗਦਾ ਖਾ ਲਾ ਮਾਂ ਬੈ ਜਾ ਭੈਣ ਹੋਰ ਤੂੰ ਤਾਂ ਉਹ ਹੀ ਜੀ ਖਰਚੀ ਦੀ ਮੈਂ ਤਾਂ ਨਹੀਂ ਹੋ ਪਤਾ ਨਹੀਂ ਕਿਹਦਾ ਕੀ ਬਣੂਗਾ ਮੈਂ ਸਾਰਾ ਦਿਨ ਇਹ ਫਿਕਰਾਂ ਚ ਕਰਦੀ ਮੈਨੂੰ ਤਾਂ ਲੱਗਦਾ ਹੈ ਇਹ ਉਦੋਂ ਵੱਧ ਪੈਸੇ ਲਵਾਉਗੀ ਜਿੰਨੀ ਕੋ ਜੂਸੀ ਕਰੀ ਜਾਂਦੇ ਨਾ ਉਹ ਤੋਂ ਵੱਧ ਪੈਸੇ ਲਵਾਉਗੀ ਮੈਨੂੰ ਤਾਂ ਲੱਗਦਾ ਕੋਈ ਬਿਮਾਰੀ ਲਾਉਗੀ ਸਾਰਾ ਦਿਨ ਸੋਚੀ ਜਾਂਦੀ ਹੈ ਬੈਠੀ ਕੀ ਬਣੂਗਾ ਨਹੀਂ ਤੇਰਾ ਉਹ ਸਾਰਾ ਦਿਨ ਹੀ ਐਂ ਕਰੀ ਜਾਂਦੀ ਹੈ ਮੈਂ ਲੱਗਦਾ ਹੀ ਸੋਚ ਸੋਚ ਕੇ ਕਮਲੀ ਹੋ ਜੂਏ ਤਾਂ ਨਹੀਂ ਉਹਨੇ ਪੈਸੇ ਤਾਂ ਲਾਏ ਨਾ ਤੇ ਚੀਜ਼ਾਂ ਤੇ ਲੱਗਦੇ ਨਹੀਂ ਜਿਹਨਾਂ ਤੇ ਬਿਮਾਰੀ ਤੇ ਲਾ ਦੇਣੀ ਖਬਰ ਕਹੀ ਜੀ ਬਿਮਾਰੀ ਸਿਹੜੇ ਨਹੀਂ ਸਾਰਾ ਦਿਨ ਜਿਹੜਾ ਫਿਕਰ ਕਰਦੀ ਹੈ ਕੋਈ ਹੋਰ ਬਿਮਾਰੀ ਸਿਹੜ ਲੈਣੀ ਕੀ ਬਣੂਗਾ ਇਹਦਾ ਨਾ ਭਾਈ ਇਹ ਤਾਂ ਮੈਨੂੰ ਐਂ ਲੱਗਦਾ ਕਮਲੀ ਵੀ ਹੋ ਜੂਗੀ ਇੰਨਾ ਸੋਚਦੀ ਹੈ ਜਿਹੜੀ ਬਾਲ ਜੇ ਬਹੁਤ ਚਿੱਟੇ ਆ ਗਏ ਨਹੀਂ ਨਹੀਂ ਹਲੇ ਤਾਂ ਠੀਕ ਪਾਈ ਨਹੀਂ ਚਿੱਟੇ ਕਿੱਥੋਂ ਆ ਗਏ ਉਹ ਤੂੰ ਤਾਂ ਉਹੀ ਕਰੀ ਜਾਂਦੀ ਰਹੀ ਨਹੀਂ ਆ ਹੁਣ ਮੈਂ ਦੇਖੀ ਤਾਂ ਜਾਂਦਾ ਇਹਦੇ ਵਿੱਚ ਤੜਕੇ ਮੈਂ ਤਾਂ ਡਾਈ ਲਵਾ ਕੇ ਲੈ ਕੇ ਨਾਈ ਤੋਂ ਜਾ ਕੇ ਨਾਈ ਕੋਲ ਕੀ ਜਾਣ ਦੀ ਲੋੜ ਆ ਹਜੇ ਤਾਂ ਵਧੀਆ ਪਏ ਨੇ ਵਾਲ ਓਏ ਇੰਨੇ ਦਾ ਚਿੱਟੇ ਵਾਲ ਆ ਗਏ ਯਾਰ ਮੈਨੂੰ ਸਮਝ ਨਹੀਂ ਆਉਂਦੀ ਕੀ ਕਰੀਏ ਇਹ ਤਾਂ ਸਾਰੀ ਚਿੱਟੀ ਤੇ ਇਥੋਂ ਹੁਣ ਕਲਰ ਕਰਾਉਣ ਦਾ ਟਾਈਮ ਹੋ ਗਿਆ ਚਲੋ ਮਹੀਨਾ ਹੋ ਗਿਆ ਨਾਲੇ ਕਿੰਨੇ ਪੈਸੇ ਲੈਣਾ ਹੁੰਦਾ ਹੋਈ ਲਾ ਲੈਂਦੇ ਆ ਦੇਖੋ ਦੇਖਦਾ ਆਪਦੇ ਆਪ ਦਾ ਤਰੀਕਾ ਹੈਗਾ ਕੋਈ 200 ਰੁਪਏ ਵੀ ਕਰ ਦਿੰਦਾ ਮਤਲਬ ਸਿਰ ਤੇ ਵੀ ਲਾਉਣੇ ਪੈਣਗੇ ਫਿਰ ਮੈਨੂੰ ਕੋਈ 300 ਵੀ ਲੈ ਲੈਂਦਾ ਕੋਈ 500 ਵੀ ਲੈ ਲੈਂਦਾ ਅੱਛਾ ਹਾਂ ਚੱਲ ਤੂੰ ਇੰਨੀ ਕਲਪਨਾ ਨਾ ਕਰਿਆ ਕਰ ਪੈ ਜਾ ਹੁਣ ਲਾਈਟ ਵਜਾ ਦੇ ਸੌ ਜਾ ਹੋਰ ਹੁਣ ਐਸਾ ਹੀ ਰੱਤੇ ਨਾ ਸੋਚੀ ਜਾਈਂ ਵੀ ਉਹਦਾ ਨਾ ਕਿਆ ਕਰਕੇ ਡਾਈ ਲਾਉਣ ਜਾਊਗਾ ਤੇ ਪਤਾ ਨਹੀਂ ਪੈਸੇ ਲੱਗੂ ਲੱਗਣਗੇ ਐਂ ਤਾਂ ਲੱਗਦੇ ਹੁੰਦੇ ਨੇ ਹੁਣ ਇੰਨਾ ਫਿਕਰ ਨਾ ਕਰਿਆ ਕਰ ਚੱਲ ਪੈ ਜਾ ਕੋਈ ਹੋਰ ਲਾਈਟ ਵਜਾ ਕੇ ਸੌ ਜਾ ਬਸ ਹਾਏ ਹਾਏ ਕਿਉਂ ਨਾ ਮੈਂ ਚਿੰਤਾ ਕਰਾਂ ਆਏ ਤੇ ਨਸੋ ਲਾ ਕੇ ਉਹ ਤੜਕੇ ਉਹ ਪੈ ਜਾ ਐ ਨਾ ਬੋਲੀ ਗਿਆ ਹੁਣ ਨੀਂਦ ਹੀ ਡਾਦੀ ਨੇ ਤਾਂ ਕਰਕੇ ਕਿਆ ਹੁਣ ਸੁੱਤੀ ਪਈ ਨਹੀਂ ਜੀ ਬੋਲਦੇ ਨਹੀਂ ਉੱਠ ਜਾਓ ਚਾਹ ਪਈਏ ਚਾਹ ਪੀ ਲਓ ਚਾਹ ਬਣਾ ਵੀ ਲਈ ਹਾਂ ਹਾਂ ਬੜੀ ਪਈ ਆ ਚੱਕ ਲੈ ਉਹ ਚਾਹ ਮੈਂ ਮੂੰਹ ਤਾਂ ਧੋਣਾ ਹਾਂ ਹਾਂ ਕੋਈ ਤੋ ਇਹ ਮੂੰਹ ਤਾਂ ਚਾਹ ਪੀ ਲਓ ਮੂੰਹ ਧੋ ਕੇ ਪੀਣਾ ਚਾਹ ਐਂ ਨਹੀਂ ਪੀਂਦਾ ਦਾੜੀ ਹੋ ਗਈ ਨਾਲੇ 2 ਮਹੀਨੇ ਨਹੀਂ ਹੁਣ ਲੋੜ ਉਹ ਬੁਰਾ ਲੱਗਦਾ ਸਾਰਾ ਮੂੰਹ ਕਾਲਾ ਕਰਕੇ ਰੱਖਤਾ ਤੈਂ
दुकान ना खोल ली यार और हाथों ही पई है तेरी भी जमा कोई नहीं वधिया हो गया नहीं खर्चे करी जाओ सांगरी मांदी की करके धरता दस रुपए नु भी डाई करावांगे कुड़े धरके धरके की रोला जा पाई जाने हो हां की हो गया हां आ देख मेरे मुंह दा की जेने नास मारेगा ਇਹਨੂੰ ਮੈਂ ਦੱਸ ਬੈਠਾ ਰਾਤ ਵੀ ਮੈਂ ਤੜਕੇ ਡਾਈ ਲਵਾ ਕੇ ਲਿਆਉਂ ਇਹਨੇ ਪਤਾ ਨਹੀਂ ਕਿਹੜੀ ਕੁੜੀ ਘੋਲ ਕੇ ਰਾਤ ਨੂੰ ਮੇਰੇ ਦਾੜੀ ਤੇ ਘਸਾਤੀ ਉਹ ਮੈਂ ਮਰ ਗਿਆ ਕੀ ਬਣੂਗਾ ਵੀ ਮੈਨੂੰ ਤਾਂ ਲੱਗਦਾ ਦਿਮਾਗ ਹੀ ਨਾ ਹਲਿਆ ਲੈ ਇਹ ਆਪਦਾ ਹਾਏ ਮਾਂ ਕੀ ਲੈ ਦੱਸ ਦੇ ਬੁਰਾ ਲੱਗਦਾ ਹੈ ਹੋਰ ਹੁਣ ਪਰ ਸੋਹਣਾ ਲੱਗਦਾ ਕੁੜੀ ਲੈ ਉਹ ਵੀ ਐਂ ਲਾਉਂਦੇ ਕੰਨਾਂ ਦੇ ਨਾਲ ਸਾਰਾ ਦਿਨ ਬਾਹਰ ਅੰਦਰ ਜਾਂਦਾ ਹੈ ਕੋਈ ਮੇਰੀ ਗੱਲ ਸੁਣ ਪੁੱਤ ਤੂੰ ਐਡੀ ਕੰਜੂਸੀ ਨਾ ਕਰਿਆ ਕਰ ਆਪਣੇ ਕੋਲੇ ਰੱਬ ਦਾ ਦਿੱਤਾ ਬਹੁਤ ਕੁਛ ਹੈ ਦਿਮਾਗ ਤੇ ਲੋੜ ਪਾ ਲੇਗੇ ਆਪਦੇ ਮਾਂ ਮੈਂ ਦਿਮਾਗ ਤੇ ਲੋੜ ਨਹੀਂ ਪਾਉਣੀ ਦੇਖ ਮੇਰੀ ਗੱਲ ਸੁਣ 250-300 ਲੈ ਲੈਂਦੇ ਉਹ ਅਈ ਉਹ ਕੱਲਾ ਕਰਦੇ ਮੈਂ ਤਾਂ ਕਦੇ ਦੁਆਰ ਤੇ ਲੱਗਿਆ ਦੇਖਿਆ ਨਹੀਂ ਉਹ ਮੇਰੀ ਗੱਲ ਸੁਣ ਮੈਂ ਕਟਿੰਗ ਕਰਾਉਣੀ ਸੀ ਚੰਗੀ ਤਰ੍ਹਾਂ ਹੁਣ ਦਾੜੀ ਵੀ ਕਟਾਉਣੀ ਸੀ ਫੇਰ ਡਾਈ ਲਾਉਣੀ ਸੀ ਹੁਣ ਤੂੰ ਡਿਊਟੀ ਦਾੜੀ ਤੇ ਡਾਈ ਲਾਤੀ ਫੇਰ ਹੁਣ ਮੈਂ ਜਾਊਂਗਾ ਨਾਈ ਦੇ ਕਟਾਉਣੀ ਤਾਂ ਮੈਨੂੰ ਪਊਗੀ ਫੇਰ ਮੈਨੂੰ ਲਗਾਉਣੀ ਪਊਗੀ ਮੈਂ ਕਹੀ ਤਾਂ ਜਾਂਦੀ ਆ ਵੀ ਮੈਂ ਹੀ ਕਰ ਦਿੰਦੀ ਆ ਕੈਂਚੀ ਨਾਲ ਸੈਟਿੰਗ ਐਡੀ ਕਿਹੜੇ ਗੱਲ ਦਾ ਮਾੜੇ ਮਾੜੇ ਕੱਟ ਦਿੰਨੀ ਆ ਸਹੀ ਦੇ ਵਾਲਾ ਉਹ ਬਸ ਰਹਿਣ ਦੇ ਕਿਉਂ ਐਵੇਂ ਤੂੰ ਜਲੂਸ ਕੱਢਣਾ ਮੇਰਾ ਹੋਰ ਵੀ ਚਲ ਠੀਕ ਆ ਭਾਈ ਆਹ ਨਹੀਂ ਕਰਦੇ ਹੁੰਦੇ ਮਾਂ ਤੇਰੇ ਵਾਲੀ ਵੀ ਹੱਦਾਂ ਦੇ ਬੁੜੀਆਂ ਦੇ ਲੋਕਾਂ ਦੀ ਇੰਨੀ ਇੰਨੀ ਉਹ ਕਰਦੀਆਂ ਨੇ ਤੂੰ ਪਤਾ ਨਹੀਂ ਕਹੇ ਜੀਏ ਹੁੰਦੇ ਸੁਣਦੇ ਨਹੀਂ ਕਿਰਸ ਕਰੀ ਦੀ ਹੁੰਦੀ ਇੰਨੀ ਕਿਰਸ ਮਾੜੀ ਹੁੰਦੀ ਹੈ ਤੂੰ ਜਾ ਮਗਜ ਆਪਣੇ ਆਪ ਦਾ ਕਰ ਤੁਸੀਂ ਹੈਗਾ ਤਾਂ ਹੈਗਾ ਡੋਲਰ ਪਿਆਰ ਨਾਲ ਸਾਰਾ ਦਿਨ ਤਾਂ ਤੁਹਾਡੇ ਬੁੱਲੇ ਹੱਥ ਨੇਗੇ ਜੇ ਮੈਂ ਕੋਈ ਜੁੱਸੀ ਨਾ ਕਰਦੀ ਹੋਵਾਂ ਤਾਂ ਅੱਜ ਨੂੰ ਨੰਗ ਹੋਏ ਹੁੰਦੇ ਹੋਰ ਇਹ ਤੇਰਾ ਤੇਰੇ ਇਸਾਇਆ ਵਸਦਾ ਘਰ ਹਾਂ ਤੂੰ ਹੀ ਜੁੜੇ ਗੁੱਟੀਆਂ ਇੱਥੇ ਪਹਿਲਾਂ ਕੀ ਨੇ 25 ਸਾਲ ਵਸਾਇਆ ਹੁਣ ਆ ਗਈ ਤੂੰ ਵੱਡੀ ਹੋ ਗਈ ਲੈ ਆ ਲੈ ਜਾ ਕੱਪ ਲੈ ਲੈ ਨੀ ਇਹਦਾ ਨਹੀਂ ਬਣਦਾ ਕੁਛ ਵੀ ਨਾਲੇ ਤਾਂ ਆਪ ਤਾਂ ਇੱਥੇ ਤੇ ਰਹਿੰਦੀ ਹੈ ਨਾ ਦੂਜਾ ਨੂੰ ਪਾਉਂਦੀ ਰਹਿੰਦੀ ਕੋਈ ਨਹੀਂ ਕੋਈ ਟੈਨਸ਼ਨ ਚ ਨਹੀਂ ਪਾਉਂਦੀ ਬਾਗੇ ਜਾਊਗੇ ਹੁਣ ਤਾਂ ਲਾਤਾ ਕਰਕੇ ਤੱਕੀ ਰੰਗ ਜਿਹੜਾ ਲਾਉਣਾ ਸੀਗਾ ਚਲ ਕੋਈ ਨਹੀਂ ਜਪਰਿੰਦਰ ਵਾਗੇ ਉੱਠੀ ਨਹੀਂ ਮੈਨੂੰ ਲੱਗਦਾ ਹਜੇ ਕਿਹੜਾ ਵੇਲਾ ਹੋ ਗਿਆ ਆ ਜਾਂਦੇ ਨੇ ਉਹ ਵੀ ਉੱਠ ਕੇ ਤੇਰੇ ਕਰਮਾਂ 'ਚ ਤਾਂ ਨਹੀਂ ਆਰਾਮ ਹੈਗਾ ਉਹ ਆਰਾਮ ਤਾਂ ਕਰੀ ਜਾਂਦੇ ਨੇ ਤੂੰ ਤਾਂ ਸਾਰਾ ਦਿਨ ਕਲਪੀ ਜਾਂਦੀ ਹੈ ਥੋੜ੍ਹਾ ਕਲਪਣੀ ਹੈ ਬਾਹਲਾ ਕਲਪਣੀ ਤੇਰੇ ਕਰਮਾਂ 'ਚ ਤਾਂ ਲਿਖਿਆ ਕਲਪਣੀ ਬੇਬੇ ਹਾਂ ਮੇਰੀ ਗੱਲ ਸੁਣਾ ਇੱਕ ਤਾਂ ਅੱਜ ਵਧੇਰੀ ਸਫਾਈ ਕਰ ਦਿਓ ਤੇ ਭਾਬੀ ਨੂੰ ਕਹਿ ਦਿਓ ਵੀ ਅੱਜ ਮੇਰੇ ਯਾਰ ਦੋਸਤ ਆਉਣਗੇ ਵੀ ਚਾਹ ਨਾਲੇ ਤਾਂ ਬਿਸਕੁਟ ਰੱਖ ਦਿਓ ਨਾਲੇ ਡਰਾਈ ਫਰੂਟ ਰੱਖ ਦਿਓ ਮਾੜੇ ਜਿਹੜੇ ਉਹਨੇ ਪੇਟੀ 'ਚ ਸਾਂਭ ਰੱਖਿਆ ਕੋਈ ਨਾ ਰੱਖ ਦਾ ਨਹੀਂ ਪੁੱਤਰ ਪਰ ਤੂੰ ਉਸੇ ਨੂੰ ਕਹਿ ਜੀ ਤੇਰੀ ਭਾਬੀ ਦਾ ਤਾਂ ਤੈਨੂੰ ਪਤਾ ਹੀ ਹੈ ਹਾਂ ਬੇਬੇ ਕੋਈ ਨਾ ਮੈਂ ਕਹਿ ਦੇਣਾ ਸਰਬੀ ਨੂੰ ਕਹਿ ਦੇ ਬਾਜ਼ ਮਾਰ ਕੇ ਕਹਿ ਦੇ ਉਹਨੂੰ ਸਰਬੀ ਹਾਂਜੀ ਗੱਲ ਸੁਣੋ ਦੋ ਮਿੰਟ ਵਰਿੰਦਰ ਤੂੰ ਵਰਿੰਦਰ ਤੂੰ ਇਹਦਾ ਏਡਾ ਮਾਜਣਾ ਨੀ ਹੈਗਾ ਹੈ ਹੋਰ ਟਰੈਕ ਹੋ ਕੇ ਮਰ ਜੂਗੀ ਤੂੰ ਬਾਹਰ ਹੀ ਦੇ ਦੇ ਪਾਰਟੀ ਨੂੰ ਕੀ ਲੈਣਾ ਤੂੰ ਇੱਥੇ ਸੱਦ ਕੇ ਉਹਨਾਂ ਨੂੰ ਮੇਰੀ ਗੱਲ ਸੁਣ ਬਾਹਰ ਤੂੰ ਚਾਹੇ 5000 ਰੁਪਇਆ ਲਾਏ ਠੀਕ ਹੈ ਇੱਥੇ ਕਾਹਨੂੰ ਸੱਦਣਾ ਨਾਲੇ ਤੇਰੀ ਐਵੇਂ ਬੇਇੱਜ਼ਤੀ ਕਰ ਲੂਗੀ ਇਹ ਉਹ ਤਾਂ ਗੱਲ ਤੁਹਾਡੀ ਵੀ ਸਹੀ ਹਾਂ ਬਾਹਰ ਕਿਸੇ ਹੋਟਲ 'ਚ ਬਿਠਾ ਕੇ ਉਹਨਾਂ ਨੂੰ ਚਾਹ ਪਾਣੀ ਵਧੀਆ ਪਿਆਰੀ ਠੀਕ ਹੈ ਨਾ
ਐਵੇਂ ਤੈਨੂੰ ਪਤਾ ਤਾਂ ਹੈਗਾ ਇਹਦਾ। ਠੀਕ ਆ ਬਈ ਕੋਈ ਨਾ ਮੈਂ ਬਾਰੀ ਕਰ ਲੈਣਾ ਪੜ੍ਹ ਲਾਂ। ਲਾਗਾ ਬਰੇ ਹਾਂ ਬਾਕੀ ਕੀ ਕਹਿੰਦਾ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਕਰਦੇ ਬਾਈ ਸਾਡੇ ਹੀ ਕਹਿੰਦਾ ਮੈਂ ਆਹੋ ਫਿਰ ਕੋਈ ਜ਼ਰੂਰੀ ਤਾਂ ਨਹੀਂ ਵਧੀਆ ਨੇ ਚਲੋ ਤਾਂ ਸਿਆਣਾ ਦਾ ਐਵੇਂ ਤਾਂ ਨਹੀਂ ਮਾਂ ਆਪਾਂ ਖਰਚੇ ਕਰੀ ਜਾਣੇ ਫਾਲਤੂ ਹੋਰ ਹੁਣ ਮੈਂ ਤੂੰ ਆਹ ਨਵੇਂ ਚਾੜਨੇ ਤੂੰ ਦੱਸ ਕੀ ਬਰਾਤ ਚੜਨਾ ਹੈ ਉਹ ਤੇਰੀ ਵਾਲੀ ਫੱਦੀ ਹੋਈ ਪਈ ਹੈ ਹੁਣ ਤਿੰਨ ਦਿਨ ਹੋ ਗਏ ਸੀ ਕੱਪੜੇ ਪੈਂਟ ਸ਼ਰਟ ਪਾਈ ਨੂੰ ਉਸ ਨੂੰ ਹੁਣ ਬਦਲਨੇ ਸੀ ਕੱਪੜੇ ਮੈਂ ਨਾ ਕੇ ਬਦਲ ਲੈ ਕੱਪੜੇ ਮੈਂ ਬਿਲਕੁਲ ਟੀ ਸ਼ਰਟ ਹੋਰ ਪਾ ਲੈਣਾ ਹੈ ਮੇਲੇ ਲੱਗਿਆ ਹੈ ਪਾ ਲੈ ਹੁਣ ਭੱਤੇ ਹੋਏ ਦੱਸ ਉਹ ਮੱਚਾਰ ਪੰਜ ਚ ਪਾਸ ਮੈਂ ਕੰਮੀ ਆ ਬਗ ਜਾ ਬਰੇ ਹੱਦ ਹੋ ਜਿੰਨਾ ਚਿਰ ਹੁਣ ਇਹਨੇ ਛਿੱਤਰ ਨਹੀਂ ਪੈਂਦੇ ਨਾ ਉਹਨਾਂ ਚਿਰ ਇਹ ਲੋਟ ਨਹੀਂ ਵੀ ਕੱਪੜੇ ਤਾਂ ਪਾਉਣੇ ਨੇ ਜਵਾਖ ਨੇ ਉਹ ਹੈਰਾਨੀ ਵਾਲੀ ਗੱਲ ਹੀ ਕਰੀ ਜਾਂਦੀ ਹੈ ਬੇਬੇ ਸੁਣ ਸੁਣਾ ਮਾੜਾ ਮੋਟਾ ਹੁੰਦਾ ਇਹ ਥੋੜੀ ਆ ਵੀ ਹੁਣ ਕੱਪੜੇ ਭਾਏ ਨਾ ਮੁਸ਼ਕੇ ਪਾਈ ਫਿਰ ਕੇ ਜੇ ਖੇਤੀ ਦਾ ਕੰਮ ਕਰਦੇ ਆ ਥੋੜੀ ਆ ਹੁਣ ਵੀ ਚਾਰ ਚਾਰ ਦਿਨ ਕੱਪੜੇ ਨਾ ਲੈ ਜੇ ਗੱਲ ਦੇ ਕਰਦੀ ਮੈਂ ਮੈਨੂੰ ਤਾਂ ਲੱਗਦਾ ਤਾਂ ਇੰਨੇ ਦਿਮਾਗ ਖਾਲੀ ਹੋਇਆ ਉਹ ਸਹੀ ਗੱਲ ਹੈ ਬੀਬੀ ਮੈਨੂੰ ਐ ਲੱਗਦਾ ਵੀ ਅੰਮ੍ਰਿਤਸਰ ਛੱਡ ਕੇ ਆਉਣੀ ਪਊ ਇਹ ਹੋਰ ਕੀ ਹੈ ਉੱਥੇ ਪਾਗਲਖਾਨਿਆਂ ਦਾ ਹਸਪਤਾਲ ਹੈ ਉੱਥੇ ਮੈਨੂੰ ਲੱਗਦਾ ਭਰਤੀ ਕਰਾਉਣੀ ਪਊਗੀ ਮੈਨੂੰ ਇਹ ਤਾਂ ਐਡੀ ਨਾ ਐਡੀ ਕੰਜੂਸ ਹੋਈ ਹੈ ਮੱਕੀ ਚੂਸ ਹੋ ਕੇ ਜਮ ਸਹੀ ਗੱਲ ਹੈ ਚਵਾਨੀ ਦਾ ਕੀ ਦਿੰਦੀ ਹੈ ਕਿਸੇ ਨੂੰ ਕੁਝ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਜਿਹੜੇ ਦੋਸਤਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਵਧੀਆ ਵਧੀਆ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਮਨ ਢਿੱਲੋਂ ਨਾਂ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਆਈਡੀ ਬਣਾ ਲਈ ਹੈ ਜਿਹਨੂੰ ਸਾਰੇ ਦੋਸਤ ਫੋਲੋ ਜ਼ਰੂਰ ਕਰ ਲੈਣ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ